ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਜੋ 12 ਸਿੰਘਿਆਂ ਦਾ ਡਿਜ਼ਾਇਨ ਉਹਨੂੰ ਤਿਆਰ ਕਰਾਂਗੇ। ਇਹ ਮੈਂ ਦੋਨੋਂ ਆਪਣੇ ਸਾਹਮਣੇ ਰੱਖਿਆ, ਤੁਸੀਂ ਚਾਹੋ ਤਾਂ ਵੀ ਬਣਾ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾਗੇ ਕਿ ਇਹ ਲਹਿਰੀਆ ਡਿਜ਼ਾਇਨ ਹੈ ਜਿਹੜਾ, ਆਪਾਂ ਇਹਨੂੰ ਤਿਆਰ ਕਰਾਂਗੇ। ਸੈਂਟਰ ਦੇ ਆਪਾਂ ਪਹਿਲਾਂ 5 ਧਾਗੇ ਦਵਾਵਾਂਗੇ, ਫਿਰ 3 ਫਿਰ 1, ਦੋਨੇ ਸਾਈਡਾਂ ਤੋਂ ਲਹਿਰੀਆ ਜਿਹੜਾ ਆਪਣਾ 3-3 ਧਾਗਿਆਂ ਦੇ ਉੱਪਰ ਕੰਟੀਨਿਊ ਚੱਲਦਾ ਰਹੂਗਾ। ਜਦੋਂ ਤੁਹਾਡੇ ਲਹਿਰੀਆ ਪਾਉਣ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ 35 ਧਾਗੇ ਬਣ ਜਾਣਗੇ ਤਾਂ ਆਪਣਾ ਜਿਹੜਾ ਡਿਜ਼ਾਇਨ ਉਹ ਸਟਾਰਟ ਕਰਨਾ ਸ਼ੁਰੂ ਕਰਾਂਗੇ ਆਪਾਂ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, 5 ਧਾਗਿਆਂ ਨੂੰ ਛੱਡ ਕੇ ਇਹ 1 ਧਾਗਾ ਦਵਾਵਾਂਗੇ, ਫਿਰ ਆਪਾਂ 3 ਧਾਗੇ ਛੱਡਾਂਗੇ, 3 ਧਾਗਿਆਂ ਤੋਂ ਬਾਅਦ 1 ਧਾਗਾ ਦਵਾਵਾਂਗੇ, ਫਿਰ 2 ਧਾਗਿਆਂ ਨੂੰ ਛੱਡ ਕੇ 1 ਧਾਗਾ ਦਵਾਵਾਂਗੇ। ਇਸ ਤੋਂ ਬਾਅਦ ਇਹ 2 ਧਾਗੇ ਛੱਡ ਕੇ ਆਪਾਂ ਹਾਰਟ ਸ਼ੇਪ ਦੇ 2 ਧਾਗੇ ਦਵਾਵਾਂਗੇ, 1 ਧਾਗਾ ਚੱਕਾਂਗੇ, ਫਿਰ ਆਪਾਂ 2 ਧਾਗੇ ਦਵਾਵਾਂਗੇ ਅਤੇ ਇਹਨਾਂ ਧਾਗਿਆਂ ਨੂੰ ਸੇਮੇ ਪਹਿਲਾਂ ਵਾਲਿਆਂ ਦੇ ਓਪੋਜ਼ਿਟ ਕਰਾਂਗੇ। ਇਸ ਤੋਂ ਬਾਅਦ ਅਗਲੇ ਧਾਗੇ ਵਿੱਚ ਆਪਾਂ ਕੀ ਕਰਾਂਗੇ ਕਿ ਇਹ ਵਾਲਾ ਧਾਗਾ ਆਪਾਂ ਚੱਕਾਂਗੇ, ਇਹ 1 ਧਾਗਾ ਜਿਹੜਾ ਇਹਨੂੰ ਆਪਾਂ ਦਬਾ ਦਾਂਗੇ, ਫਿਰ ਆਪਾਂ 1 ਧਾਗਾ ਛੱਡ ਕੇ 1 ਧਾਗਾ ਦਵਾਵਾਂਗੇ। ਇਸ ਤੋਂ ਬਾਅਦ ਆਪਾਂ 3 ਧਾਗਿਆਂ ਨੂੰ ਛੱਡਾਂਗੇ, ਫਿਰ 1 ਧਾਗਾ ਦਵਾਵਾਂਗੇ, ਫਿਰ 1 ਧਾਗਾ ਛੱਡ ਕੇ ਸੈਂਟਰ ਵਾਲਾ 1 ਧਾਗਾ ਚੱਕਦੇ ਹੋਏ ਇਹ ਦੋਨੇ ਸਾਈਡਾਂ ਤੋਂ 3-3 ਧਾਗੇ ਆਪਾਂ ਦਬਾਉਣੇ ਨੇ। ਇਸ ਤੋਂ ਬਾਅਦ ਦੇਖੋ ਇਹ ਵਾਲੇ ਆਪਾਂ 2 ਧਾਗੇ ਦਬਾਉਣੇ ਹੈਗੇ, ਫਿਰ ਆਪਾਂ 3 ਧਾਗਿਆਂ ਨੂੰ ਚੱਕਾਂਗੇ ਅਤੇ 1 ਧਾਗਾ ਦਵਾਵਾਂਗੇ, ਫਿਰ ਆਪਾਂ 2 ਧਾਗਿਆਂ ਨੂੰ ਛੱਡ ਕੇ ਇਹਨਾਂ ਸਾਰਿਆਂ ਨੂੰ ਦਬਾ ਦਾਂਗੇ। ਇਹ ਵਾਲੇ ਸਾਰੇ ਧਾਗੇ ਓਪੋਜ਼ਿਟ ਰਹਿਣਗੇ। ਫਿਰ ਅਗਲੇ ਦੇ ਵਿੱਚ ਆਪਾਂ ਦੇਖੋ ਕੀ ਕਰਾਂਗੇ ਕਿ ਇਹ ਵਾਲਾ 1 ਧਾਗਾ ਆਪਾਂ ਦਬਾਵਾਂਗੇ, ਫਿਰ 1 ਚੱਕਾਂਗੇ, ਫਿਰ 1 ਦਬਾ ਦਾਂਗੇ ਅਤੇ ਹਾਰਟ ਸ਼ੇਪ ਤੋਂ ਇੱਥੇ ਆਪਣੇ ਦੋਨੇ ਸਾਈਡਾਂ ਤੋਂ 1 ਧਾਗਾ ਘੱਟ ਹੋ ਜਾਊਗਾ। ਨੈਕਸਟ ਧਾਗੇ ਦੇ ਵਿੱਚ ਆਪਾਂ ਇਹ ਜਿੱਥੇ 1 ਧਾਗਾ ਦਵਾਵਾਂਗੇ, ਜਿਹੜਾ ਆਪਾਂ ਸ਼ੁਰੂਆਤ ਵਿੱਚ 1 ਧਾਗਾ ਦਬਾਇਆ ਸੀ ਸੇਮ ਉਹੀ ਧਾਗਾ ਇੱਥੇ ਆ ਕੇ ਆਪਣਾ 1 ਧਾਗਾ ਦਬਾਇਆ ਜਾਊਗਾ। ਫਿਰ 3 ਧਾਗਿਆਂ ਨੂੰ ਛੱਡਾਂਗੇ ਅਤੇ ਇਹ ਸਿਰਫ ਇਹ ਵਾਲਾ 1 ਧਾਗਾ ਹੀ ਦਬਾਇਆ ਜਾਊਗਾ ਅਤੇ ਹਾਰਟ ਸ਼ੇਪ ਦੋਨੇ ਸਾਈਡਾਂ ਤੋਂ 1-1 ਧਾਗਾ ਘੱਟ ਕਰਦੇ ਹੋਏ ਇਹ ਵਾਲੇ ਦਬਾਏ ਜਾਣਗੇ। ਇਸ ਤੋਂ ਬਾਅਦ ਆਪਾਂ ਇੱਥੇ ਇਹ 3 ਧਾਗੇ ਨੇ ਜਿਹੜੇ ਉਹਨਾਂ ਨੂੰ ਦਬਾਵਾਂਗੇ, ਫਿਰ 2 ਧਾਗੇ ਛੱਡ ਕੇ ਦੁਬਾਰਾ ਫਿਰ 3 ਧਾਗੇ ਦਵਾਵਾਂਗੇ। ਇਹ ਆਪਣਾ ਸਿਰ ਹੈ ਜਿਹੜਾ ਉਹਨੂੰ ਸ਼ੁਰੂ ਹੋ ਚੁੱਕਿਆ ਹੈਗਾ। ਅਗਲੇ ਧਾਗੇ ਦੇ ਵਿੱਚ ਦੇਖੋ ਇੱਥੇ ਕੀ ਕਰਾਂਗੇ ਕਿ ਆਪਾਂ ਇੱਥੋਂ ਇਹ 2 ਧਾਗੇ ਨੂੰ ਘਟਾ ਦਾਂਗੇ, ਇਸ 1 ਧਾਗੇ ਤੋਂ ਸ਼ੁਰੂ ਕਰਦੇ ਹੋਏ 4 ਧਾਗੇ ਦਵਾਵਾਂਗੇ, ਫਿਰ ਆਪਾਂ ਇਹ ਅੱਖ ਵਾਲਾ 1 ਧਾਗਾ ਚੱਕਾਂਗੇ, ਫਿਰ ਦੁਬਾਰਾ ਇੱਥੇ 4 ਧਾਗੇ ਦਵਾਵਾਂਗੇ। ਅਗਲੇ ਧਾਗੇ ਵਿੱਚ ਇੱਥੋਂ ਆਪਣਾ ਇਹ 1 ਘੱਟ ਹੋ ਜੂਗਾ, ਇਹਨਾਂ ਸਾਰਿਆਂ ਨੂੰ ਆਪਾਂ ਦਬਾ ਦਾਂਗੇ, ਸੇਮ ਉਸੇ ਜੇ ਪੁਆਇੰਟ ਦੇ ਉੱਪਰ ਬਾਹਰ ਨਿਕਲਾਂਗੇ। ਦੇਖੋ ਇਸ ਤੋਂ ਬਾਅਦ ਆਪਣੇ ਧਾਗੇ ਦੇ ਵਿੱਚ ਕੀ ਕਰਾਂਗੇ ਕਿ ਇੱਥੇ 1 ਧਾਗੇ ਨੂੰ ਘੱਟ ਕਰਦਾ ਅਤੇ ਆਪਣੇ ਇਹ 3 ਧਾਗੇ ਦਬਾਏ ਹੋਏ ਨੇਗੇ, ਫਿਰ ਆਪਾਂ 4 ਧਾਗਿਆਂ ਨੂੰ ਛੱਡ ਕੇ ਇੱਥੇ ਆਪਣਾ ਜਿਹੜਾ ਅਗਲਾ ਹਾਰਟ ਸ਼ੇਪ ਹੈਗਾ ਉਹ ਸ਼ੁਰੂ ਹੋ ਜੂਗਾ, 1 ਧਾਗਾ ਦਬਾ ਕੇ 1 ਚੱਕ ਕੇ 1 ਦਬਾ ਦਾਂਗੇ। ਉਸ ਤੋਂ ਅਗਲੇ ਧਾਗਿਆਂ ਦੇ ਵਿੱਚ ਇੱਥੇ ਆਪਾਂ 2 ਧਾਗੇ ਸੇਮ ਸੀਰੀਜ਼ ਦੇ ਵਿੱਚ ਪਾਵਾਂਗੇ, ਇਸੇ ਪੁਆਇੰਟ ਤੋਂ ਸ਼ੁਰੂ ਕਰਦੇ ਇੱਥੋਂ ਆਪਾਂ 1 ਵਧਾ ਦਾਂਗੇ। ਇਹ ਆਪਾਂ 3 ਦਬਾਏ ਸੀ, ਆਪਾਂ 4 ਦਬਾਵਾਂਗੇ, 4-4 ਦੇ ਆਪਾਂ ਇਹ 2 ਧਾਗੇ ਦਬਾਵਾਂਗੇ। ਇੱਕ ਵਾਰ ਤਾਂ ਆਪਾਂ ਇਹਦੇ ਵਿੱਚੋਂ ਇਹ 3-3 ਧਾਗਿਆਂ ਨੂੰ ਦਬਾਉਂਦੇ ਹੋਏ ਜਾਵਾਂਗੇ, ਇੱਕ ਵਾਰੀ ਆਪਾਂ ਇਹ ਸਾਰੇ ਦਬਾ ਦਾਂਗੇ, ਫਿਰ ਦੋਨਾਂ ਸਾਈਡਾਂ 'ਤੇ 1 ਧਾਗਾ ਘੱਟ ਹੋ ਜੂਗਾ, ਫਾਈਨਲੀ 1 ਹੋ ਜੂਗਾ। ਇਸ ਪੁਆਇੰਟ ਦੇ ਉੱਤੇ ਆਪਾਂ ਕੀ ਕਰਾਂਗੇ ਕਿ ਇਸ ਸਾਈਡ ਦੇ ਉੱਪਰ ਆਪਾਂ 2 ਧਾਗਿਆਂ ਨੂੰ ਵਧਾਵਾਂਗੇ ਅਤੇ ਇਹਨਾਂ ਸਾਰੇ ਧਾਗਿਆਂ ਨੂੰ ਆਪਾਂ ਦਬਾ ਦਾਂਗੇ ਇਸ ਪੁਆਇੰਟ ਤੱਕ, ਇਸੇ ਤਰ੍ਹਾਂ ਹੀ ਜਾਵਾਂਗੇ। ਇਹ ਵੀ ਆਪਣੇ 2 ਧਾਗੇ ਪਾਏ ਹੋਏ ਨੇ ਇੱਥੋਂ ਸ਼ੁਰੂ ਹੋ ਕੇ ਇੱਥੋਂ ਤੱਕ, ਸੇਮ ਇਸੇ ਤਰ੍ਹਾਂ ਹੀ। ਨੈਕਸਟ ਦੇ ਵਿੱਚ ਆਪਾਂ ਕੀ ਕਰਾਂਗੇ ਕਿ ਇੱਥੋਂ ਆਪਾਂ 1 ਧਾਗੇ ਨੂੰ ਵਧਾ ਦਾਂਗੇ, ਫਿਰ ਆਪਾਂ 1 ਧਾਗਾ ਚੱਕਾਂਗੇ, 1 ਧਾਗਾ ਦਬਾਵਾਂਗੇ ਅਤੇ 1 ਧਾਗਾ ਚੱਕ ਲਾਂਗੇ ਅਤੇ ਇਹ ਵਾਲੀ ਸਾਈਡ ਦੇ ਉੱਪਰ ਆਪਾਂ ਇੱਥੋਂ ਆਪਾਂ 2 ਧਾਗਿਆਂ ਨੂੰ ਵਧਾਉਂਦੇ ਹੋਏ ਯਾਨੀ ਕਿ ਇਹ 5 ਧਾਗੇ ਦਬਾਏ ਹੋਏ ਨੇ ਅਤੇ ਨੈਕਸਟ ਦੇ ਵਿੱਚ ਆਪਾਂ ਕੀ ਕਰਾਂਗੇ, ਇੱਥੋਂ ਆਪਾਂ 1 ਧਾਗਾ ਵਧਾ ਤਾ, ਸਿਰਫ ਇਹ ਸੈਂਟਰ ਵਾਲਾ 1 ਧਾਗਾ ਚੱਕਿਆ ਜਿਹੜਾ ਆਪਾਂ ਇਹ ਵਾਲਾ ਦਬਾਇਆ ਸੀ, ਹੁਣ ਆਪਾਂ ਸਿਰਫ ਇਹ 1 ਧਾਗੇ ਨੂੰ ਹੀ ਚੱਕਾਂਗੇ ਅਤੇ ਇਸ ਸਾਈਡ 'ਤੇ 1 ਧਾਗਾ ਫਿਰ ਆਪਣਾ ਵੱਧ ਜੂਗਾ। ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਆਪਣਾ ਪਹਿਲਾ ਪਾਰਟ ਹੈ ਜਿਹਦੇ ਵਿੱਚ ਆਪਾਂ ਇਹ 12 ਸਿੰਘੇ ਦਾ ਡਿਜ਼ਾਇਨ ਤਿਆਰ ਕਰਿਆ ਗਾ। ਬਾਕੀ ਦਾ ਜਿਹੜਾ ਹਾਫ ਪਾਰਟ ਹੈਗਾ ਉਹ ਆਪਾਂ ਦੁਬਾਰਾ ਛੇਤੀ ਲੈ ਕੇ ਜਾਵਾਂਗੇ। ਜੇਕਰ ਤੁਹਾਨੂੰ ਕੋਈ ਸਮਝਣ ਦੇ ਵਿੱਚ ਪ੍ਰੋਬਲਮ ਆ ਗਈ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਐਂਡ ਤੱਕ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।